ਬੀਤੇ ਦਿਨੀ 29 ਦਸੰਬਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਜੈਸ਼ੇ ਮੁਹੰਮਦ ਦੇ 4 ਆਤਵਾਦੀ ਮਾਰੇ ਗਏ ਸਨ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਉਹਨਾਂ ਵਿੱਚੋਂ ਇੱਕ ਪਰਿਵਾਰ ਨੂੰ ਮਿਲਣ ਪਹੁੰਚੇ। ਉਹਨਾਂ ਆਤਵਾਦੀ ਦੀ ਭੈਣ ਰੁਬੀਨਾ ਨਾਲ ਮੁਲਾਕਾਤ ਕੀਤੀ, ਜਿਸ ਦੀ ਜੰਮੂ ਕਸ਼ਮੀਰ ਪੁਲਿਸ ਨੇ ਹਿਰਾਸਤ ਵਿੱਚ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਮਹਿਬੂਬਾ ਮੁਫਤੀ ਨੇ ਆਤਵਾਦੀਆਂ ਦੇ ਪਰਿਵਾਰ ਵਾਲਿਆਂ ਨਾਲ ਹਮਦਰਦੀ ਜਤਾਈ। ਮਹਿਬੂਬਾ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਆਤਵਾਦੀਆਂ ਦੇ ਪਰਿਵਾਰਾਂ ਨਾਲ ਸ਼ੋਸ਼ਣ ਨਾ ਰੁਕਿਆ ਤਾਂ ਇਸ ਦਾ ਅੰਜਾਮ ਮਾੜਾ ਹੋਵੇਗਾ। ਮੁਫਤੀ ਨੇ ਕਿਹਾ ਕਿ ਜੇ ਕੋਈ ਹਮਲਾਵਰ ਹੈ ਤਾਂ ਉਸ ਦੀ ਭੈਣ ਦਾ ਕੀ ਕਸੂਰ। ਉਸ ਦੀ ਭੈਣ ਦੇ ਕੱਪੜੇ ਉਤਾਰੇ ਗਏ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਬਹੁਤ ਬੁਰਾ ਸਾਨੀਆ ਹੋਇਆ ਹੈ ਕਿ ਅਗਰ ਕੋਈ ਮਿਲੀਟੈਂਟ ਹੈ ਉਸਕੀ ਭੈਣ ਦਾ ਕਿਆ ਕਸੂਰ ਹੈ। ਉਸਕੇ ਸਾਥ ਬਹੁਤ ਜ਼ਿਆਦਤੀ ਹੋਈ ਹੈ, ਉਸਕੇ ਕੱਪੜੇ ਉਤਾਰੇ ਗਏ, ਉਸਕੀ ਮਾਰ ਕੀ ਹੈ। ਕੋਈ ਤ੍ਰਿਕੂਟਾ ਨਗਰ ਕਾ ਕੋਈ SHO ਹੈ, ਕੋਈ ਬਟੰਡੀ ਕਾ SHO ਹੈ, ਉਹਨੇ ਬਹੁਤ ਜ਼ਿਆਦਤੀ ਕੀ ਹੈ। ਪਹਿਲੇ ਤੋਂ ਆਪ ਔਰਤ ਕੋ ਹਾਥ ਨਹੀਂ ਲਗਾ ਸਕਤੇ, ਉਸਕੇ ਲਈ ਆਪਕੀ ਔਰਤ ਪੁਲਿਸ ਹੋਣੀ ਚਾਹੀਏ। ਅਗਰ ਮਿਲੀਟੈਂਟ ਕੋ ਪਕੜਨਾ ਹੈ, ਮੈਂ ਗਵਰਨਰ ਸਾਹਿਬ ਸੇ ਪੁੱਛਣਾ ਚਾਹਤੀ ਹੂੰ, ਅਗਰ ਮਿਲੀਟੈਂਟ ਕੇ ਸਾਥ ਆਪਕਾ ਝਗੜਾ ਹੈ ਤੋ ਮਿਲੀਟੈਂਟ ਕੇ ਸਾਥ ਝਗੜਾ ਕੀਜੀਏ, ਮਗਰ ਉਨਕੇ ਰਿਸ਼ਤੇਦਾਰ ਉਸਕੀ ਬਹਿਨ ਕੇ ਸਾਥ ਖਾਸ ਕਰ ਯੇ ਨਹੀਂ ਚਲੇਗਾ, ਯੇ ਹਮ ਹੋਨੇ ਨਹੀਂ ਦੇਂਗੇ। ਅਗਰ ਦੂਸਰਾ ਇਸ ਕਿਸਮ ਕਾ ਵਾਕਿਆ ਹੋਗਾ ਤੋ ਫਿਰ ਮੇਰੇ ਖਿਆਲ ਮੇਂ ਮੈਂ ਵਾਰਨ ਕਰ ਰਹਾ ਹੂੰ ਯਹਾਂ ਕੀ ਪੁਲਿਸ ਕੋ ਵੀ ਔਰ ਗਵਰਨਰ ਸਾਹਿਬ ਕੋ ਵੀ ਬਤਾਨਾ ਚਾਹਤੀ ਹੂੰ ਕਿ ਅਗਰ ਦੁਬਾਰਾ ਇਸ ਕਿਸਮ ਕੀ ਹਰਕਤ ਹੋਗੀ, ਹਮਾਰੀ ਕਿਸੀ ਬੱਚੀ ਕੇ ਦਾਮਨ ਕੋ ਹਾਥ ਲਗਾਇਆ ਤੋ ਸ਼ਾਇਦ ਉਨਕੇ ਲਈ ਬਹੁਤ ਨਤਾਇਜ ਬਹੁਤ। ਚੱਕਦੇ TV ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।